ਤੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਬੀਂਗ ਸਮਝਦਾਰ ਦੇ ਯੂਟਿਊਬ ਚੈਨਲ ਤੇ। ਤੇ ਗਾਇਜ਼, ਅੱਜ ਤੁਹਾਡੇ ਵਾਸਤੇ ਬਹੁਤ ਹੀ ਘੈਂਟ, ਬਹੁਤ ਹੀ ਹੱਥ, ਬਹੁਤ ਹੀ ਸਿਰਾ ਅਪਡੇਟ ਲੈ ਕੇ ਆਏ ਜੋ ਕਿ ਆ ਰਹੀ ਹੈ ਸਿੱਧਾ ਹਿਮਾਂਸ਼ੀ ਖੁਰਾਨਾ ਵੱਲੋਂ। ਇੱਕ ਹੋਰ ਹਿਮਾਂਸ਼ੀ ਖੁਰਾਨਾ ਦੀ ਅਪਡੇਟ 2-3 ਮਿੰਟ ਪਹਿਲਾਂ ਦੇ ਤੁਹਾਨੂੰ ਪਹਿਲਾਂ ਹੀ ਦੇ ਚੁੱਕਾ ਵਾਂ, ਉਹ ਜ਼ਰੂਰ ਦੇਖਣਾ ਨਾ ਭੁੱਲਣਾ। ਅਤੇ ਜੇ ਤਾਂ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ, ਸਬਸਕ੍ਰਾਈਬ ਕਰ ਲੈਣਾ। ਅਤੇ ਹੁਣ ਹਿਮਾਂਸ਼ੀ ਖੁਰਾਨਾ ਦੀ ਜੇ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਨਾ ਨੇ ਇੱਕ ਆਪਣੇ ਲਾਈਫ ਦੇ ਵਿੱਚ ਆਪਣੇ ਆਰਟਿਸਟ, ਮਤਲਬ ਆਪਣੇ ਹੀ ਇੰਡਸਟਰੀ ਦੇ ਆਰਟਿਸਟ ਨੂੰ ਫਟਕਾਰ ਲਾਈ ਹੈ। ਅਤੇ ਉਹਨਾਂ ਨੂੰ ਮਤਲਬ ਸਮਝਾਇਆ ਕਿ ਤੁਸੀਂ ਜੋ ਵੀ ਬੋਲਦੇ ਪਏ ਜੇ ਗਲਤ ਬੋਲਦੇ ਪਏ ਜੇ, ਐਕਚੁਲੀ ਉਹਨਾਂ ਨੇ ਰੁਪਿੰਦਰ ਹਾਂਡਾ ਨੂੰ ਇਹ ਫਟਕਾਰ ਲਗਾਈ ਹੈ ਕਿ ਤੁਸੀਂ ਜੋ ਵੀ ਬੋਲਿਆ। ਉਹਨਾਂ ਨੇ ਐਕਚੁਲੀ ਉਦਣ ਜਿਹੜਾ ਪ੍ਰੋਟੈਸਟ ਹੋਇਆ ਸੀ ਉਸ ਵਿੱਚ ਉਹਨਾਂ ਨੇ ਬੱਬੂ ਮਾਨ ਨੂੰ ਫਟਕਾਰ ਲਗਾਈ, ਬੱਬੂ ਮਾਨ ਜੀ ਨੂੰ ਫਟਕਾਰ ਲਗਾਈ ਸੀ ਕਿ ਉਹ ਇਕੱਲਾ ਇੰਸਟਾਗ੍ਰਾਮ 'ਤੇ ਹੀ ਬੋਲਦੇ ਪਏ ਨੇ ਜੀ ਉੱਥੇ ਜਾਓ, ਉੱਥੇ ਪ੍ਰੋਟੈਸਟ ਕਰੋ, ਖੁਦ ਇੱਥੇ ਆ ਨਹੀਂ ਰਹੇ। ਅਤੇ ਇਸ ਦੇ ਜਵਾਬ ਦੇ ਵਿੱਚ ਤੁਸੀਂ ਖੁਦ ਦੇਖ ਲਓ ਹਿਮਾਂਸ਼ੀ ਖੁਰਾਨਾ ਨੇ ਕੀ ਕਿਹਾ। ਰੁਪਿੰਦਰ ਹਾਂਡਾ ਨੂੰ ਸਵਾਲ ਪੁੱਛ ਰਹੇ ਹੋ ਕਿ ਬੱਬੂ ਮਾਨ ਜੀ ਪਹੁੰਚੇ ਨੇ, ਲੱਖ ਲਾਣਤ ਜੇ ਯੰਗਸਟਰਸ ਦੇ, ਯੰਗਸਟਰਸ ਸਿੰਗਰ ਜਿੰਨੇ ਹੈਗੇ ਨੇ, ਯੰਗ ਸਿੰਗਰ ਹੈਗੇ ਨੇ, ਜੇ ਉਹ ਪਹੁੰਚ ਰਹੇ ਨੇ ਤਾਂ ਜਿੰਨੇ ਸੀਨੀਅਰ ਨੇ ਉਹਨਾਂ ਨੂੰ ਜ਼ਰੂਰੀ ਅਸੀਂ ਕਹਿਣਾ ਹੈ ਵੀ ਤੁਸੀਂ ਆਓ, ਅਸੀਂ ਅਸੀਂ ਮਰ ਗਏ, ਅਸੀਂ ਖੜੇ ਹਾਂ ਸਾਰੇ ਜਣੇ। ਐਟਲੀਸਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਤੁਸੀਂ ਵੱਜ ਗੱਜ ਕੇ ਪਹੁੰਚੋ, ਸਾਰੇ ਜਣੇ ਪਹੁੰਚੋ। ਸਾਡੇ ਲਈ ਉਹੀ ਬਹੁਤ ਹੈ ਜੇ ਸਾਡੇ ਮਾਂ ਬਾਪ ਸਾਨੂੰ ਕਹਿਣਗੇ ਕਿ ਬੇਟਾ ਜੀ ਯਾਰ ਤੁਸੀਂ ਆਹ ਚੀਜ਼ ਕਰੋ, ਅਸੀਂ ਥੋੜੀ ਕਹਾਂਗੇ ਮੰਮੀ ਡੈਡੀ ਤੁਸੀਂ ਵੀ ਚਲੋ ਧੁੱਪੇ ਸਾਡੇ ਨਾਲ ਧੱਕੇ ਖਾਣ। ਪਰ ਇਹਦਾ ਮਤਲਬ ਇਹ ਨਹੀਂ ਜੇ ਘਰੇ ਬੈਠੇ ਨੇ ਉਹ ਚੰਗਾ ਨਹੀਂ ਸੋਚਦੇ। ਬੱਬੂ ਮਾਨ ਇਜ਼ ਨੋਟ ਇਨ ਇੰਡੀਆ ਰਾਈਟ ਨਾਓ, ਜੇ ਹੁੰਦੇ ਡੈਫੀਨੇਟਲੀ ਮੈਨੂੰ ਪਤਾ ਉਹ ਪਹੁੰਚਦੇ, ਉਹਨਾਂ ਕਰਕੇ ਇੰਨਾ ਇਕੱਠ ਹੋਣਾ ਸੀਗਾ। ਬਟ ਜੇ ਕੋਈ ਇਨਸਾਨ ਨਹੀਂ ਪਹੁੰਚ ਸਕਿਆ ਉਹਦੀ ਉਹ ਦੇਖੋ ਤੇ ਤੁਸੀਂ। ਗਾਇਜ਼, ਇਹ ਸੀ ਮੇਰੀ ਅਪਡੇਟ, ਜੇ ਤਾਂ ਤੁਹਾਨੂੰ ਅਪਡੇਟ ਵਧੀਆ ਲੱਗੀ ਹੋਵੇ ਤਾਂ ਇੱਕ ਸਬਸਕ੍ਰਾਈਬ ਕਰ ਲੈਣਾ ਚੈਨਲ, ਅਤੇ ਇਹੋ ਜਿਹੇ ਹੋਰ ਅਪਡੇਟਸ ਲਈ ਤੁਹਾਨੂੰ ਸਿਰਫ ਇੱਕੋ ਜਾਣਾ ਪੈਣਾ ਹੈ ਬੀਂਗ ਸਮਝਦਾਰ, ਨੋਟੀਫਿਕੇਸ਼ਨ ਬੈਲ ਆਈਕਨ ਔਨ ਕਰ ਲੈਣਾ। ਅਤੇ ਮਿਲਦੇ ਨੈਕਸਟ ਵੀਡੀਓ 'ਚ, ਥੈਂਕ ਯੂ।